रहे हैं हरियाणा न्यूज एक्सप्रेस और मैं हूं आपके साथ दिशा। आइए रुख करते हैं इस वक्त की बड़ी खबर की ओर। पंजाब में कानून व्यवस्था एक बार फिर लड़खड़ाती नजर आ रही है। हर दिन लूट और गोलीबारी के मामले फिर से बढ़ने लगे हैं। ताजा मामला अमृतसर के जंडियाला गुरु के अंतर्गत आने वाले गांव मैनिया का है, जहां बीती देर रात फायरिंग का मामला सामने आया है। इसमें दो लोग घायल भी हो गए हैं। इस बारे में जानकारी देते हुए घायल लोगों के परिजनों ने बताया कि उन पर गांव के ही कुछ लोगों ने हमला किया है। उन्हें जाति सूचक शब्द कहते हुए सीधे गोली मार दी गई। पीड़ित ने बताया कि गांव में हमारी किसी से कोई दुश्मनी नहीं है, लेकिन फिर भी उन पर सरेआम गोलियां चलाई गई। अब हम पुलिस से न्याय की मांग करते हैं। अमृतसर से हमारे संवाददाता नरेंद्र सेठी की रिपोर्ट। सर हम अहीं दे घर बैठे हां, सानूं ते पता नहीं इह गल दा। ट्रांसफार्मर तों सोच कटिया, इह बच्चे साडे बाहर हैगे ही ते साडा तां कोई झगड़े वाला है ही नहीं। गल्लबात इहनां आ के काफी जणे ही आ के गोली सिधियां गोलियां मारियां जी। ਬੱਚੇ ਨਿੱਕੇ ਨਿੱਕੇ ਬੱਚੇ ਜਿਹੜੇ ਬਿਲਕੁਲ ਮਾਂ ਬੱਚੇ ਆ, ਪਰ ਇਹਨਾਂ ਨੇ ਜਾਤੀ ਬਾਰੇ ਬੜਾ ਮਾਰੇ ਸ਼ਬਦ ਕਹੇ ਆ, ਚੂੜੇ ਚ ਕਹਿ ਕੇ ਚੂੜੇ ਚ ਮਾਰ ਕਹਿ ਕੇ ਅਸੀਂ ਇਹਨਾਂ ਨੂੰ ਅਸੀਂ ਸਰ ਮੈਂ ਤਾਂ ਦਿਹਾੜੀਦਾਰ ਬੰਦੇ ਆ, ਇਹ ਤਕੜੇ ਆ ਤੇ ਫਿਰ ਇਹ ਥੋੜਾ ਇਹਨਾਂ ਵੀ ਧੱਕਾ ਨਹੀਂ ਚਾਹੀਦਾ ਕਿ ਭਾਈ ਗੋਲੀ ਲੱਗੀ ਹੈ ਜੀ? ਭਾਈ ਦੋ ਜਾਣਿਆਂ ਦੇ ਗੋਲੀ ਲੱਗੀ। ਕਾਰਨ ਕੀ ਗੋਲੀ ਚਲਾਉਣ ਦਾ? ਕਾਰਨ ਸਰ ਉਹ ਹੰਕਾਰ ਆਪਣੇ ਆਪ ਉਹਨਾਂ ਨੂੰ ਹੰਕਾਰ ਬਹੁਤ ਹੀ ਅਸੀਂ ਤਕੜੇ ਹੈਗੇ ਆ। ਕਿਹਦੇ ਦਾ ਮਾਮਲਾ ਹੋਇਆ ਤੇ ਕੌਣ ਬੰਦੇ ਨੇ ਗੋਲੀ ਚਲਾਈ? ਸਰ ਇੱਕ ਕਵਲ ਹੀ ਹੋਰ ਇੱਕ ਲਵ ਕੀ ਨਾਮ ਲਵ ਹੈਗਾ ਜੀ, ਹੋਰ ਦੋ ਚਾਰ ਜਣੇ ਹੈਗੇ ਜੀ ਨਾਲ, ਹੋਰ ਬਾਰੇ ਮੁੰਡੇ ਸੱਦੇ ਜੀ ਸਰ, ਜੋ ਸੁਖਦੇਵ ਸਿੰਘ ਇੱਕ ਸਰਪੰਚ ਮੌਜੂਦਾ ਸਰਪੰਚ, ਮੈਂ ਨਹੀਂ ਹਾਂ ਬ੍ਰਾਹਮਣ ਪਿੰਡ, ਮੈਂ ਨਹੀਂ ਹਾਂ ਬ੍ਰਾਹਮਣ। ਸਰ ਅਸੀਂ ਇਨਸਾਫ਼ ਮੰਗਦੇ ਹਾਂ ਸਰ, ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ। ਐ ਨੀ ਸਰ ਅਸੀਂ ਮਾੜੇ ਹਾਂ ਤੇ ਸਾਡੇ ਤੇ ਸਾਡੇ ਕੋਈ ਨੀ ਉਠਾਉਣ ਦੇ, ਕੋਈ ਪੁਲਿਸ ਵਾਲੇ ਕੋਈ ਕੇਸ ਨਹੀਂ ਆਇਆ ਹਲੇ ਤੱਕ ਸਰ, ਪੁਲਿਸ ਨਹੀਂ ਪਹੁੰਚੀ ਕੋਈ। ਬ੍ਰਾਹਮਣ ਜਿਹੜੀ ਇਹ ਗੋਲੀ ਚੱਲੀ ਹੈ ਤੇ ਉਹਦੀ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ, ਮੌਕੇ ਤੇ ਆਏ ਹਾਂ, ਉਸ ਹਿਸਾਬ ਨਾਲ ਦੇਖ ਕੇ ਤੁਹਾਨੂੰ ਦੱਸਦੇ ਹਾਂ। ਤੁਹਾਨੂੰ ਕਿੰਨੇ ਕਿੰਨੇ ਗੋਲੀ ਲੱਗੀ ਸਰ? ਦੋ ਬੰਦਿਆਂ ਦੇ, ਇੱਕ ਲੇਡੀ ਆ ਤੇ ਇੱਕ ਮੁੰਡਾ। ਸਰ ਕਿੰਨਾਂ ਨੇ ਗੋਲੀ ਕਿੰਨਾਂ ਨੇ ਚਲਾਈ, ਕੀ ਨਾਮ ਕੀ? ਨਾਮ ਹੈਪੀ ਕਮਲ, ਕਮਲ ਕਮਲਜੀਤ ਹੈਗਾ ਤੇ ਸਰਪੰਚ ਆ ਉਹਦਾ ਭਤੀਜਾ ਇਹ। ਬਾਕੀ ਹੁਣ ਇਹਨਾਂ ਦਾ ਬਿਆਨ ਲਿਖਦੇ ਆ, ਬਿਆਨ ਚੋਂ ਪਤਾ ਲੱਗੂਗਾ ਕਿਹੜੇ ਕਿਹੜੇ ਬੰਦੇ ਨਾਲ ਉਹ। ਸਰ ਹੁਣ ਮੌਕੇ ਤੇ ਕੀ ਕਾਰਵਾਈ ਕੀਤੀ ਜਾ ਰਹੀ? ਮੌਕੇ ਤੇ ਪਰਚਾ ਦੇਵਾਂਗੇ ਜੀ, ਬਿਆਨ ਲਿਖਾਂਗੇ। हमारे फेसबुक पेज को लाइक फॉलो और शेयर करें, साथ ही यूट्यूब चैनल को लाइक करें, सब्सक्राइब करें और ताज़ा खबरों के लिए बेल आइकॉन को दबाना न भूलें।